ਧਰਤੀ ਦੇ ਪਾਣੀ ਹੋਵੇ ਬਹੁਤ ਥੱਲੇ, ਇੱਧਰ ਆਪਣਾ ਲੱਗੇ ਹੋਏ ਸੀ ਪੈਪ ਦੱਬਣ ਇੱਥੇ, ਉਹ ਪਰਲੇ ਪਾਸੇ ਵੀ ਸਾਡੇ ਘਰ ਦੇ ਇਕੱਠੇ ਹੋਏ ਹੋਏ ਆ, ਕਾਲਾ, ਨਿੱਕੀ, ਰਾਜੂ ਬਾਈ, ਸਰਬਜੀਤ, ਆਹ ਵੀ ਸਾਡੇ ਹੀ ਮੁੰਡਾ ਆਪਣਾ, ਹੁਣ ਜੋ ਪੈਪ ਦੱਬਣ ਲੱਗੇ ਹਾਂ ਬੜੇ ਜ਼ੋਰਾਂ ਸ਼ੋਰਾਂ ਨਾਲ, ਆਹ ਮੇਰੇ ਵੀ ਕੱਪੜੇ ਲਿਬੜੇ, ਮੈਂ ਵੀ ਨਾਲੇ ਲੱਗਿਆ ਹੋਇਆ, ਬਹੁਤ ਕੰਮ ਕਰਨਾ ਪਿਆ ਸਾਨੂੰ ਦਿਨ ਰਾਤ ਇੱਕ ਕਰਕੇ, ਇੱਥੇ ਤੋਂ ਲੈ ਕੇ ਆਹ ਲੈਣ ਉਹ ਤੱਕ ਨੂੰ, ਇੱਧਰ ਆਹ ਉੱਥੇ ਤੱਕ ਨੂੰ, ਆਪਣੇ ਪੁੱਤ ਕੰਮ ਕਰ ਜਿਹੜਾ ਤੈਨੂੰ ਲਾਇਆ ਹੋਇਆ ਵਿੱਚ, ਤਾਂ ਮਿੱਟੀ ਕੱਢ, ਮਜ਼ਦੂਰ ਸਾਨੂੰ ਮਿਲੇ ਨਹੀਂ ਹੈਗੇ, 25 ਕਿੱਲੇ ਦੀ ਲਾਈਨ ਪੱਟਣੀ ਸੀ ਉਹਨਾਂ ਨੇ, ਅਤੇ ਹੁਣ ਉੱਧਰੋਂ ਕਰਨ ਲੱਗੇ ਸਲਾਹਾਂ, ਮੈਂ ਖੜ੍ਹਾ ਇੱਧਰ ਵੀ ਸਵੇਰ ਦਾ ਟਾਈਮ ਆ ਫਟਾਫਟ, ਉੱਪਰ ਕੌਮ ਬੈਠਾ, ਇਹ ਵੀ ਦੇਖ ਲਓ, ਬਾਕੀ ਤੁਹਾਨੂੰ ਉਹਨਾਂ ਦੀਆਂ ਗੱਲਾਂ ਸੁਣਾਉਂਦਾ, ਹੁਣ ਦੇਖ ਕਿੱਦਾਂ ਦੀਆਂ ਗੱਲਾਂ ਕਰਦੇ ਹੋ, ਕਿੱਦਾਂ ਪੈਪ ਦੱਬਣੇ ਆ, ਆਹ ਲਿਆਂਦੇ ਪੈਪ ਪਏ ਸਾਰੇ, ਆਹ ਕੱਲ੍ਹ ਜਾ ਕੇ ਲੈ ਕੇ ਆਏ ਅਸੀਂ, ਕਹੀ ਚਲਾ ਚਲਾ ਕੇ ਹੱਥ ਦਾ ਦਿਲੋਂ ਕਿਆ ਹਾਲ ਹੋ ਗਿਆ, ਛਾਲੇ ਪੈ ਗਏ, ਬਹੁਤ ਬੁਰਾ ਹਾਲ ਬਣ ਕੇ ਦਿਹਾੜੇ, ਬਾਕੀ ਉੱਧਰ ਜਾ ਕੇ ਤੁਹਾਨੂੰ ਉਹਨਾਂ ਦੀਆਂ ਗੱਲਾਂ ਸੁਣਾਉਂਦਾ ਮੈਂ, ਹੁਣ ਕਾਲਾ ਆ ਗਿਆ ਉਹੀ ਮਿਲ ਕੇ ਦੇਖ, ਬਰਾਬਰ ਨਹੀਂ ਹੈਗਾ ਤੂੰ ਜਾ ਤਾਂ ਸਹੀ, ਮਿਸਟਰ ਵਿੱਕੀ, ਮੈਂ ਉਹ ਰਾਜੂ ਬਾਈ ਨੂੰ ਦੇਖ ਲਓ, ਨਵਾਂ ਬੰਦਾ ਇੱਕ, ਉਹ ਕਿਤੇ ਕਿਤੇ ਦਿਖਦਾ ਹੁੰਦਾ, ਉਹ ਕਿਤੇ ਕਿਤੇ ਕੈਮਰੇ ਦੇ ਅੱਗੇ ਆਉਂਦਾ ਹੁੰਦਾ, ਬਾਕੀ ਤਾਂ ਉਹ ਕਨੇਡਾ ਅਮਰੀਕਾ ਦੇ ਟੂਰ ਪਰ ਰਹਿੰਦਾ, ਕਦੇ ਕਨੇਡਾ, ਕਦੇ ਅਮਰੀਕਾ, ਦੁਬਈ ਵੀ ਜਾਇਆ ਹੁੰਦਾ, ਥਾਈਲੈਂਡ ਵੀ ਗਿਆ ਤਾਂ ਪਿੱਛੇ ਜੇ, ਠੀਕ ਹੈ ਫਿਰ ਦੋ ਪੈਪ ਆਪਰ ਦੱਬੂਗਾ ਬਾਈ, ਵਿੱਚ ਤਾਂ ਵੱਢੂਗਾ ਪੈਪ, ਕਰਾਂਗੇ ਦੋਸਤ ਸਕੀਮ ਲਾਉਂਦੇ ਹਾਂ, ਦਕੰਮਣ ਖੇਡੂਗੇ, ਇਹਦਾ ਪੈਸੇ ਐਕਸਟਰਾ ਲਾਇਓ ਫਿਰ, ਜਿਹੜੀ ਹੁਣ ਮਜ਼ਦੂਰੀ ਆ ਵੱਧੀ ਪੈਣੀ ਆਪਣੀ, ਇਹ ਤੈਨੂੰ ਦੇ ਦਾਂਗੇ ਜੀ ਕੋਈ ਚੱਕਰ ਨਹੀਂ, ਉਹ ਦੋ ਬਾਅਦ ਰੱਖੀ ਜਾ, ਫਾਇਦੇ ਚ ਰਹੂੰਗਾ, ਇੱਕ ਦੋ ਵੱਧਾ ਲੱਗਣਾ ਲਾ ਲੈ ਸਾਲੇ, ਹੁਣ 5-7 ਇਕੱਠੇ ਹੀ, ਦੋ ਬਾਅਦ ਲਾਈ ਜਾ, ਜੇ ਹੋਰ ਵੱਧੇ ਪੈਂਦਾ ਮੈਂ ਚਮਕੌਰ ਸਾਹਿਬ ਤੇ ਲਿਆ ਦਿੰਦਾ, ਤੂੰ 2 ਘੰਟੇ ਬੈਠੋ, 5-7 ਘੰਟੇ ਜਾਇਆ ਮੁੜ ਕੇ, ਮੇਰੇ ਬਾਬੂ ਉਹ ਪੈ ਗਿਆ ਮੇਰੇ ਬੰਨੂ, ਉਹ ਬਾਈ ਬਹੁਤ ਫਲਾਇਓ ਪੈ ਜਾਂਦੀ ਕਿਤੇ ਕਿਤੇ, ਫਿਰ ਉੱਪਰ ਲੱਗ ਜਾਂਦਾ, ਉੱਪਰ ਦੇਖ ਲਈ ਬਾਈ ਪੈਪ ਜੋ ਹੁੰਦਾ ਯਾਰ, ਉੱਪਰ ਲੱਗ ਜਾਂਦਾ, ਨਹੀਂ ਨਹੀਂ ਪੈਪ ਤਾਂ ਇੰਨਾ ਚੜ ਗਿਆ, ਪੈਪ ਤਾਂ ਇੰਨਾ ਚੜ ਗਿਆ, ਹਾਂ ਟੱਕਰ ਮਰ ਜਾਂਦੀ ਹੈ, ਇੱਧਰ ਨੇ ਪੈਪ ਪੈਂਦਾ ਵਿੱਚ, ਵੀ ਪੈਪ ਉੱਧਰ ਤੇ ਪੈਪ ਹੋਈ ਫੇਰ ਹੈ, ਇਹ ਪੁੱਠੇ ਪਾਲ ਨਾ ਪੈਪ, ਹੁਣ ਇੱਥੇ ਤਾਂ ਸਿੱਧਾ ਕਰਨ ਨੂੰ ਕਹਿੰਦੇ ਬਾਈ, ਇਹ ਟੱਕਰ ਖਤਮ ਕਰਨੀ ਆ, ਉਹ ਟੱਕਰ ਖਤਮ ਕਰਨੀ, ਇੱਥੇ ਤਾਂ ਹੁਣ ਦਿਮਾਗ ਹੀ ਨਹੀਂ ਤਾਂ ਹੈਗਾ, ਹੁਣ ਹੁਣ ਕਿਆ ਕਰੀ, ਹੁਣ ਇੱਥੇ ਤਾਂ ਸਿੱਧਾ ਕਰੂੰਗੇ, ਉੱਧਰਲੇ ਪੈਪ ਆਉਂਦੇ ਆਉਂਦੇ, ਇਹ ਖਤਮ ਹੋਣੀ, ਟੱਕਰ ਨਹੀਂ ਲਗਾ, ਪੰਗਾ ਪਿਆ ਹੋਇਆ, ਇੰਜੀਨੀਅਰ ਹੋ ਗਏ ਜ਼ਿਆਦਾ ਇਕੱਠੇ, ਕੰਮ ਉਲਝਿਆ ਹੋਇਆ, ਕੋਈ ਪੈਪ ਕਹਿੰਦਾ ਇੱਧਰ ਨੂੰ ਪਾ ਲਓ, ਕੋਈ ਪੈਪ ਕਹਿੰਦਾ ਇੱਧਰ ਨੂੰ ਪਾ ਲਓ, ਆਹ ਦੇਖੋ ਜ਼ਿਆਦਾ ਫਰਕ ਪੈਂਦਾ, ਬੜਾ ਟੁੱਟਦਾ ਪੈ ਜਾਊਗਾ, ਇੱਧਰ ਵੱਧਦੇ ਜਿੰਨੇ ਦਿਨ ਨਿੱਕਾ ਆ ਗਿਆ ਆਪਣਾ ਰੱਖ ਰਿਹਾ, ਕਿਆ ਫਰਕ ਹੈ ਇੱਧਰ ਹੋ ਗਿਆ।